ਇਹ ਇੱਕ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਜਿਹੜੇ ਚਸ਼ਮਦੀਨ ਗਵਾ ਉੱਥੇ ਦੁਕਾਨਦਾਰ ਹੈਗੇ ਆ PNB ਬੈਂਕ ਕੋਲ, ਉਹਨਾਂ ਨੇ ਦੱਸਿਆ ਵੀ ਉਹ ਮੋਟਰਸਾਈਕਲ 'ਤੇ ਜਾ ਰਹੇ ਸੀ ਅਤੇ ਇੱਕਦਮ ਜਿਹੜੀ ਹੈਗੀ ਅੱਗੇ ਤੇਲ ਵਾਲੀ ਟੈਂਕੀ ਹੈਗੀ ਆ ਉੱਥੋਂ ਜਿਹੜੀ ਅੱਗ ਦੀ ਲਾਟ ਨਿਕਲੀ ਜਿਹਦੇ ਨਾਲ ਉਹ ਸਾਰਾ ਹੀ ਬੰਦਾ ਜਿਹੜਾ ਸੀ ਉਹ ਝੁਲਸਿਆ ਗਿਆ ਅਤੇ ਜਿਹੜਾ ਕਾਫੀ ਇੰਜਰਡ ਹੋ ਗਿਆ ਉਹਦੇ ਜੇਬ ਜਿਹੜਾ ਮੋਬਾਈਲ ਸੀ ਉਹ ਵੀ ਟੁੱਟ ਗਿਆ, ਪਰ ਉਹਦੇ 'ਚੋਂ ਸਿਮ ਕੱਢ ਕੇ ਅਸੀਂ ਫਿਰ ਵੈਰੀਫਾਈ ਕੀਤਾ ਹੈਗਾ ਉਹ ਬਲਵਿੰਦਰ ਸਿੰਘ ਇਲੇਸ ਬਿੰਦਰ ਸਨ ਆਫ ਸ਼ਿੰਦਾ ਸਿੰਘ ਵਾਸੀ ਝੁੱਗੇ ਨਿਆਂਗਾ ਦਾ ਰਹਿਣ ਵਾਲਾ। ਜਦੋਂ ਇਹ ਪੂਰਾ ਵਾਕਿਆ ਹੋਇਆ ਧਮਾਕਾ ਬਹੁਤ ਜ਼ਬਰਦਸਤ ਸੀ, ਉਹ ਕਿਸ ਚੀਜ਼ ਦਾ? ਉਹ ਨੈਚੁਰਲੀ ਉਹਨੂੰ ਅਸੀਂ ਜਿਹੜਾ ਹੈਗਾ ਡੀਪਲੀ ਇਹਨੂੰ ਚੈੱਕਅਪ ਕਰਨ ਵਾਸਤੇ ਸਾਡੀ ਜਿਹੜੀ ਫੋਰੈਂਸਿਕ ਦੀ ਟੀਮ ਇੱਥੇ ਆਈ ਹੋਈ ਆ। ਸਾਹਿਬ ਦੀ ਗੱਡੀ ਲੰਘ ਲੈਂਦੀ, ਉਹ ਬਹੁਤ ਜ਼ਿਆਦਾ ਸੁਣਾਈ ਦਿੱਤੀ ਹੈ ਸ਼ਹਿਰ ਵਾਸੀ, ਮਤਲਬ ਕਿ ਇਹਦੇ ਨਾਲ ਬੜਾ ਪੈਨਿਕ ਜਿਹਾ ਕ੍ਰੀਏਟ ਹੋ ਗਿਆ। ਉਹ ਨੈਚੁਰਲੀ ਹੁੰਦਾ ਹੈਗਾ ਕਿਉਂਕਿ ਮਾਹੌਲ ਦੇ ਮੁਤਾਬਕ ਜਿਹੜਾ ਹੈਗਾ ਲੋਕਾਂ ਨੂੰ ਲੱਗਦਾ ਹੈਗਾ ਵੀ ਬੰਬ ਬਲਾਸਟ ਹੈ, ਪਰ ਅਸੀਂ ਅਜੇ ਇਸ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਪਰ ਜਿੰਨੀ ਕੁ ਪ੍ਰਾਇਮਰੀ ਜਿਹੜੀ ਅਸੀਂ ਕੀਤੀ ਹੈਗੀ ਉਹਦੇ 'ਚ ਇਹ ਹੈ ਵੀ ਤੇਲ ਦੀ ਟੈਂਕੀ ਹੀ ਬਲਾਸਟ ਹੋਈ ਹੈ, ਉਹਦੇ ਨਾਲ ਹੀ ਉਹਨੂੰ ਅੱਗ ਲੱਗਿਆ ਕਿਉਂਕਿ ਥੱਲੇ ਉਹਦਾ ਇੰਜਨ ਵਗੈਰਾ ਦੀਆਂ ਗਰਾਰੀਆਂ ਵਗੈਰਾ ਉਹ ਅਜੇ ਫਿਲਹਾਲ ਠੀਕ ਨੇ, ਪਰ ਜਿਹੜੀ ਫੋਰੈਂਸਿਕ ਟੀਮ ਹੈਗੀ ਹੈ ਸਾਡੀ ਉਹ ਆ ਚੁੱਕੀ ਹੈ ਮੌਕੇ ਦੇ ਉੱਤੇ, ਉਹ ਸਾਰਾ ਐਨਾਲਿਸਿਸ ਕਰੇਗੀ। ਸਾਰੇ ਸਰਕਮਸਟਾਂਸਿਸ ਦੇਖਦੇ ਹੋਏ ਅਸੀਂ ਟੈਕਨੀਕਲ ਅਤੇ ਸੈਂਟੀਫਿਕ ਤਰੀਕੇ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਕੇ ਫਿਰ ਹੀ ਅਸੀਂ ਤੁਹਾਨੂੰ ਕਲੀਅਰ ਦੱਸ ਪਾਵਾਂਗੇ ਵੀ ਇਹ ਕੀ ਹੈਗਾ। ਹੋਰ ਵੀ ਇੰਜਰਡ ਹੈ ਸਰ ਨਾਲ? ਨਹੀਂ, ਹੋਰ ਨਹੀਂ ਇੰਜਰਡ, ਇਹ ਇਕੱਲਾ ਹੀ ਸੀਗਾ। ਸਰ ਇਹ ਸ਼ਖਸ ਦਾ ਕੀ ਨਾਮ ਸੀ ਔਰ ਕਿਸ ਦਾ? ਇਹਦਾ ਨਾਮ ਬਲਵਿੰਦਰ ਸਿੰਘ ਇਲੇਸ ਬਿੰਦਰ ਸਨ ਆਫ ਸ਼ਿੰਦਾ ਸਿੰਘ ਵਾਸੀ ਝੁੱਗੇ ਨਿਆਂਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ। ਕੰਮ ਕੀ ਕਰਦਾ ਸੀ ਸਰ ਇਹ? 22 ਸਾਲ ਦੀ ਇਹਦੀ ਏਜ ਹੈਗੀ ਹੈ, ਖੇਤੀ 1.5 ਕਿੱਲਾ ਜ਼ਮੀਨ ਹੈਗੀ ਹੈ ਇਹਨਾਂ ਦੀ, ਅਤੇ ਖੇਤੀਬਾੜੀ ਜਿੱਦਾਂ ਕੋਈ ਪਤਾ ਲੱਗਾ ਹੈਗਾ ਵੀ ਥੋੜ੍ਹੀ ਬਹੁਤੀ ਖੇਤੀਬਾੜੀ ਕਰਦਾ। ਇੱਥੇ ਧਰਮੂ ਵਾਲੇ ਦੇ ਮਾਮੇ ਦੀ ਕੁੜੀ ਰਹਿੰਦੀ ਹੈ, ਉਹਨੂੰ ਮਿਲਣ ਲਈ ਆ ਰਿਹਾ ਸੀਗਾ। ਸਰ ਡੈਥ ਹੋ ਗਈ ਹੈ, ਬਚ ਗਿਆ ਜੀ ਹਜੇ? ਨਹੀਂ, ਫਿਲਹਾਲ ਤਾਂ ਬਚਿਆ ਹੈਗਾ, ਫਰੀਦਕੋਟ ਮੈਡੀਕਲ ਕਾਲਜ ਨੂੰ ਰੈਫਰ ਕੀਤਾ, ਪਰ ਸੀਰੀਅਸ ਹੈ। ਸਰ ਇਹ 2 ਮੋਟਰਸਾਈਕਲ ਮਿਲੇ? ਹਾਂ, ਇੱਕ ਹੋਰ ਮੋਟਰਸਾਈਕਲ ਮਿਲਿਆ ਹੈਗਾ, ਉਹਦੇ 'ਚ ਮੋਬਾਈਲ ਵੀ ਮਿਲਿਆ ਅਤੇ ਮੋਟਰਸਾਈਕਲ ਮਿਲਿਆ। ਉਹ ਇਹਦੀ ਭੂਆ ਦਾ ਮੁੰਡਾ ਚਾਂਦੀ ਵਾਲੇ ਦਾ ਸੁੱਖਾ ਸਿੰਘ ਸਨ ਆਫ ਗੁਰਮੀਤ ਸਿੰਘ ਆਈਡੈਂਟੀਫਾਈ ਹੋਇਆ, ਪਰ ਉਹ ਮੁੰਡਾ ਨਹੀਂ ਮਿਲਿਆ ਸਾਨੂੰ, ਮੋਟਰਸਾਈਕਲ ਲੌਕ ਜਿਹੜਾ ਹੈਗਾ ਉਹ ਮਿਲਿਆ ਹੈਗਾ। ਪਰ ਉਹ ਜਿਹੜਾ ਮੋਟਰਸਾਈਕਲ ਹੈ ਉਹ ਅਸਲ ਦੇ ਵਿੱਚ ਬਲਵਿੰਦਰ ਸਿੰਘ ਬਿੰਦਰ ਦਾ ਹੈਗਾ, ਅਤੇ ਜਿਹੜਾ ਬਿੰਦਰਪੁਰ ਮੋਟਰਸਾਈਕਲ ਸੀ ਉਹ ਸੁੱਖਾ ਸਿੰਘ ਦਾ ਹੈ। ਸਰ ਜੇ ਨੋਰਮਲ ਟੈਂਕੀ ਤੇਲ ਦਾ ਹੋਇਆ ਤਾਂ ਫਿਰ ਉਹ ਸ਼ਖਸ ਜਿਹੜਾ ਫਰਾਰ ਕਾਹਤੋਂ ਹੋ ਗਿਆ ਜੀ? ਇਹ ਤਾਂ ਹੁਣ ਸ਼ੱਕ ਦੇ ਘੇਰੇ 'ਚ ਹੈਗੀ ਸਾਰੀ ਇਨਵੈਸਟੀਗੇਸ਼ਨ, ਕਿਉਂਕਿ ਅਸੀਂ ਜਦੋਂ ਤੱਕ ਕਲੀਅਰ ਹੀ ਨਹੀਂ ਕਰ ਦਿੰਦੇ ਅਸੀਂ ਤੁਹਾਨੂੰ ਇਹ ਕਹਿੰਦੇ ਨਹੀਂ ਵੀ ਇਹ ਤੇਲ ਦੀ ਟੈਂਕੀ ਨਾਲ ਹੋਇਆ ਗਿਆ ਜਾਂ ਕਿਉਂ ਹੋਇਆ, ਕਿਉਂਕਿ ਸਾਡੀ ਫੋਰੈਂਸਿਕ ਟੀਮ ਐਨਾਲਿਸਿਸ ਕਰ ਰਹੀ ਹੈ, ਅਸੀਂ ਸਾਰੇ ਐਨਾਲਿਸਿਸ ਤੋਂ ਬਾਅਦ ਹੀ ਤੁਹਾਨੂੰ ਸਹੀ ਜਾਣਕਾਰੀ ਦੇ ਪਾਵਾਂਗੇ। ਵੀ ਭੈਣ ਜਿਹੜੀ ਹੈਗੀ ਉਹ ਆਪਣੇ ਫਾਜ਼ਿਲਕਾ ਦੇ ਧਰਮੂ ਵਾਲਾ ਸਦਰ 'ਚ ਪੈਂਦਾ ਹੈਗਾ, ਉੱਥੋਂ ਦੀ ਰਹਿਣ ਵਾਲੀ ਹੈ ਇਹ। ਇੱਕ ਮਿੰਟ ਮਾਈਕ ਲਾ, ਆਈਡੀ ਲਾ ਯਾਰ, ਮਾਈਕ ਲਾ। ਫਿਰੋਜ਼ਪੁਰ ਜੀ ਚੁੱਕੇ ਦੇ ਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜੀ, ਮੇਰੇ ਕੋਲ ਆਏ ਸੀਗੇ, ਨਾ ਹੀ ਉਹਨਾਂ ਨੇ ਪਹਿਲਾਂ ਫੋਨ ਕੀਤਾ ਵੀ ਅਸੀਂ ਆਉਂਦੇ ਪਏ ਆ ਜਾਂ ਨਹੀਂ, ਜੇ ਫੋਨ ਕਰ ਦਿੰਦੇ ਤੇ ਫਿਰ ਸਾਰੇ ਸੀ ਕੋਈ ਨਾ ਕੋਈ ਨਾ ਰਹਿਣ ਵਾਲੇ ਪਲੇਸ ਨੂੰ ਪਲੇਸ ਨੂੰ
ਤੇ ਫੇਮ ਤੋਂ ਪਤਾ ਲੱਗ ਗਿਆ।